ਸਵਾਗਤ ਹੈ ਸਾਰਿਆਂ ਦਾ ਜੱਟਾਂ ਦੇ ਟਰੈਕਟਰ ਚੈਨਲ ਵਿੱਚ ਸਭ ਤੋਂ ਪਹਿਲਾਂ ਆਪਣਾ ਚੈਨਲ ਜੱਟਾਂ ਦੇ ਟਰੈਕਟਰ ਸਬਸਕ੍ਰਾਈਬ ਕਰ ਲਵੋ ਤੇ ਨਾਲ ਹੀ ਘੰਟੀ ਦੇ ਬਟਨ ਤੇ ਟੱਚ ਕਰਦੇ ਹੋ ਤਾਂ ਕਿ ਆਉਣ ਵਾਲੀ ਵੀਡੀਓ ਦਾ ਨੋਟੀਫਿਕੇਸ਼ਨ ਸਭ ਤੋਂ ਪਹਿਲਾਂ ਤੁਹਾਡੇ ਤੱਕ ਪਹੁੰਚਦਾ ਰਹੇ ਸਭ ਤੋਂ ਪਹਿਲਾਂ ਆਪਣਾ ਹੈਲਪਲਾਈਨ ਨੰਬਰ ਕਰੋ ਨੋਟ ਨੀਚੇ ਸਕਰੀਨ ਤੇ ਸ਼ੋਹਰਿਆ ਜੇਕਰ ਤੁਸੀਂ ਕੋਈ ਵੀ ਮਸ਼ੀਨਰੀ ਸੇਲ ਕਰਨੀ ਹੁੰਦੀ ਹੈ ਜਿਵੇਂ ਟਰੈਕਟਰ ਟਰਾਲੀ ਕਾਰ ਜੀਪ ਹਾਲ ਤਵੀਆਂ ਤਾਂ ਉਸ ਮਸ਼ੀਨਰੀ ਦੀਆਂ 4-5 ਫੋਟੋਆਂ ਨਾਲ ਹੀ ਉਸ ਦੀ ਲੋੜੀ ਦੀ ਜਾਣਕਾਰੀ ਜੇ ਮੇ ਉਸ ਦਾ ਰੇਟ ਏਰੀਆ ਮਾਡਲ ਤੇ ਟਾਇਰ ਕਿੰਨੇ ਪੈਸੇ ਹੁੰਦੇ ਆ ਇਹ ਸਾਰੀ ਜਾਣਕਾਰੀ ਸਾਨੂੰ ਸਾਡੇ ਇਸ ਨੰਬਰ ਤੇ ਭੇਜ ਕੇ ਆਪਣੀ ਐਡ ਸਾਡੇ YouTube ਚੈਨਲ ਤੇ ਕਰਵਾ ਸਕਦੇ ਹੋ ਬਿਲਕੁਲ ਫਰੀ ਦੇ ਵਿੱਚ ਐਡ ਕੀਤੀ ਜਾਂਦੀ ਹੈ ਕੋਈ ਕਮਿਸ਼ਨ ਨਹੀਂ ਆਪਣਾ ਤੇ ਇੱਕ ਜੇ ਕੋਈ ਵੀ ਮਸ਼ੀਨਰੀ ਦੀਆਂ ਫੋਟੋਆਂ ਸੈਂਡ ਕਰਦਾ ਐਡ ਕਰਵਾਉਣ ਲਈ ਤਾਂ ਉਸ ਦਾ ਰੇਟ ਮਾਰਕੀਟ ਵੈਲਿਊ ਸੰਨ ਵਾਲੀ ਦੱਸਿਆ ਕਰੋ ਉਹਨਾਂ ਕਰੀਡ ਦੱਸਿਆ ਕਰੋ ਜਿੰਨੇ ਕੀ ਦੀ ਮਸ਼ੀਨਰੀ ਹੋਵੇ ਤੇ ਇੱਕ ਬਹੁਤ ਹੀ ਜ਼ਿਆਦਾ ਵੀਰਾਂ ਦੀ ਕੰਪਲੇਂਟ ਆਉਂਦੀ ਹੈ ਤੇ ਕਮੈਂਟਸ ਆਉਂਦੇ ਨੇ ਕਿ ਰੇਟ ਜ਼ਿਆਦਾ ਹੈ ਆਪਾਂ ਕਿਸੇ ਵੀ ਮਸ਼ੀਨਰੀ ਦਾ ਰੇਟ ਫਿਕਸ ਨਹੀਂ ਦੱਸਿਆ ਹੁੰਦਾ ਉਹ ਮਾਲਕ ਵੀਰਾਂ ਵੱਲੋਂ ਦੱਸੇ ਹੋਈ ਇੱਕ ਡਿਮਾਂਡ ਹੁੰਦੀ ਹੈ ਜੋ ਮੌਕੇ ਤੇ ਲੈਸ ਹੋ ਹੀ ਜਾਂਦੀ ਹੈ ਇਸ ਕਰਕੇ ਜੇ ਕੋਈ ਵੀ ਮਸ਼ੀਨਰੀ ਖਰੀਦਣ ਦਾ ਚਾਹਵਾਨ ਹੁੰਦਾ ਹੈ ਤਾਂ ਮਾਲਕ ਵੀਰਾਂ ਨਾਲ ਫੋਨ ਤੇ ਗੱਲਬਾਤ ਕਰਕੇ ਮਸ਼ੀਨਰੀ ਦਾ ਸਹੀ ਰੇਟ ਪੁੱਛ ਸਕਦਾ ਹੈ ਅੱਜ ਆਪਣੇ ਕੋਲ ਸੇਲ ਵਿੱਚ 6 ਚੀਜ਼ਾਂ ਨੇ ਜੋ ਪਤਾ ਸਾਡੇ ਲਈ ਲੈ ਕੇ ਆਏ ਆ 16x7 ਫੁੱਟੀ ਸਾਦੀ ਟਰਾਲੀ ਹੈ ਬਿਸ਼ਪ ਕਰਮਾ ਤੂੜੀ ਵਾਲਾ ਰੀਪਰ ਹੈ ਸਟੈਂਡਰਡ ਬੁਲਟ ਹੈ ਪੁੱਠੇਗੜ ਵਾਲਾ 14 ਤਵੀਆਂ ਨੇ ਸਵਰਾਜ 855 ਐਫੀ ਟਰੈਕਟਰ ਹੈ ਤੇ ਐਸ਼ਰ 241 ਟਰੈਕਟਰ ਹੈ ਸਭ ਤੋਂ ਪਹਿਲਾਂ 16 ਬਾਏ 7 ਫੁੱਟੀ ਸਾਦੀ ਟਰਾਲੀ ਦਿਖਾ ਰਹੇ ਆ ਆਪਾਂ ਤੁਹਾਨੂੰ 2020 ਮਾਡਲ ਬਿਲਕੁਲ ਨਵੀਂ ਟਰਾਲੀ ਹੈ ਤੇ ਟਰਾਲੀ ਦਾ ਜੋ ਏਰੀਆ ਹੈ ਉਹ ਲੁਧਿਆਣਾ ਏਰੀਆ ਹੈ ਜਿੱਥੇ ਟਰਾਲੀ ਖੜੀ ਹੈ ਡਬਲ ਟੈਰੀ ਟਰਾਲੀ ਹੈ ਟਰਾਲੀ ਦੇ ਜੋ ਟਾਇਰ ਨੇ 50 ਪੈਸੇ ਟਰਾਲੀ ਦੇ ਟਾਇਰ ਲੱਗੇ ਹੋਏ ਆ ਸੇਮ ਕੰਡੀਸ਼ਨ ਦੇ ਵਿੱਚ ਚਾਰੇ ਟਾਇਰ ਪਏ ਆ ਬਾਕੀ ਟੈਰਾਂ ਦੀਆਂ ਫੁੱਟਾਂ ਸਕਰੀਨ ਤੇ ਸ਼ੋਅ ਵੀ ਹੋ ਰਹੀਆਂ ਨੇ ਸਾਫ਼ ਸੁਥਰੇ ਬੇਦਾਗ ਪੱਕੇ ਟਾਇਰ ਹੈ ਕਿਤੇ ਵੀ ਕੋਈ ਘੱਟ ਵਗੈਰਾ ਨਹੀਂ ਰੇਲ ਦਾ ਬਿਲਕੁਲ オリジナル ਹਿੱਸਾ ਲੱਗਿਆ ਹੋਇਆ ਹੈ ਟਰਾਲੀ ਦੀ 10 ਇੰਚੀ ਚਾਸੀ ਹੈ ਤੇ 10 ਨਟੀ ਹੱਬ ਲੱਗੀ ਹੋਈ ਹੈ 2 ਫੁੱਟੀ ਬਾਡੀ ਤੇ 2.5 ਫੁੱਟਾ ਬਿੱਡ ਲੱਗਿਆ ਹੋਇਆ ਹੈ ਬਿੱਡ ਉੱਪਰ ਪਾਈਪ ਲੱਗੀ ਹੋਈ ਹੈ ਤਰਪਾਲ ਵਗੈਰਾ ਪਾਉਣ ਦੇ ਲਈ ਫੁੱਲ ਹੈਵੀ ਟਰਾਲੀ ਹੈ ਕੋਈ ਵੀ ਕਮੀ ਪੇਸ਼ੀ ਨਹੀਂ ਮਾਲਕ ਵੀਰਾਂ ਵੱਲੋਂ ਪੂਰੀ ਫੁੱਲ ਗਾਰੰਟੀ ਹੈ ਬਾਕੀ ਖੱਬੀ ਸਾਈਡ ਤੇ ਮੰਜਾ ਲੱਗਿਆ ਹੋਇਆ ਹੈ ਰਸਾ ਇਕੱਠਾ ਕਰ ਲਈ ਵਧੀਆ ਟੈਕਨੀਕ ਦਾ ਇਸਤੇਮਾਲ ਹੈ ਟਰਾਲੀ ਦੀ ਜੋ ਡਿਮਾਂਡ ਰੱਖੀ ਗਈ ਹੈ ਉਹ ਰੱਖੀ ਹੈ 195000 ਰੁਪਏ ਬਾਕੀ ਮੌਕੇ ਤੇ ਲੈਸ ਵੀ ਹੋ ਜਾਊਗਾ ਤੇ ਨੰਬਰ ਮਾਲਕ ਵੀਰਾਂ ਦਾ ਸਕਰੀਨ ਤੇ ਸ਼ੋ ਹੋ ਰਿਹਾ ਹੈ ਇਹ ਨੰਬਰ ਵੀਰਾਂ ਦਾ ਕੰਟੈਕਟ ਨੰਬਰ ਤੇ ਵਟਸਐਪ ਨੰਬਰ ਹੈ ਤੁਸੀਂ ਮਾਲਕ ਵੀਰਾਂ ਨਾਲ ਫੋਨ ਤੇ ਵੀ ਗੱਲਬਾਤ ਕਰ ਸਕਦੇ ਹੋ ਜਾਂ ਵਟਸਐਪ ਤੇ ਮੈਸੇਜ ਕਰਕੇ ਇਹ ਟਰਾਲੀ ਉਹਨਾਂ ਤੋਂ ਖਰੀਦ ਸਕਦੇ ਆਂ ਥੈਂਕ ਯੂ ਹੁਣ ਗੱਲ ਕਰਦੇ ਆ ਜੀ ਬਿਸ਼ਪ ਕਰਮਾ 741 ਤੂੜੀ ਵਾਲੇ ਰੀਪਰ ਦੀ 2020 ਮਾਡਲ ਰੀਪਰ ਹੈ ਤੇ ਰੀਪਰ ਦਾ ਜੋ ਏਰੀਆ ਹੈ ਉਹ ਚੀਮਾ ਮੰਡੀ ਏਰੀਆ ਹੈ ਜ਼ਿਲ੍ਹਾ ਸੰਗਰੂਰ ਜਿੱਥੇ ਰੀਪਰ ਖੜਾ ਹੈ ਬਾਕੀ ਕੰਡੀਸ਼ਨ ਰੀਪਰ ਦੀ ਤੁਸੀਂ ਦੇਖ ਸਕਦੇ ਆ ਸਾਰਾ ਨਾਲ ਦਾ オリジナル ਪੇਂਟ ਹੈ ਕਿਤੇ ਵੀ ਦੁਬਾਰਾ ਪੇਂਟ ਨਹੀਂ ਕੀਤਾ ਗਿਆ ਨਾ ਹੀ ਕਿਤੇ ਰੰਗ ਪੇਟ ਲਿਆ ਹੋਇਆ ਹੈ ਏ ਕਲਾਸ ਕੰਡੀਸ਼ਨ ਦੇ ਵਿੱਚ ਰੰਗ ਪੇਟ ਪਿਆ ਕੋਈ ਵੀ ਕਮੀ ਪੇਸ਼ੀ ਨਹੀਂ ਇੱਕ ਸੀਜ਼ਨ ਰੀਪਰ ਚੱਲਿਆ ਹੋਇਆ ਹੈ ਬਾਕੀ ਤੁਸੀਂ ਦੇਖ ਵੀ ਸਕਦੇ ਆ ਮਾਲਕ ਵੀਰਾਂ ਵੱਲੋਂ ਰੀਪਰ ਦੀ ਪੂਰੀ ਫੁੱਲ ਗਾਰੰਟੀ ਹੈ ਰੀਪਰ ਦੇ ਜੋ ਟਾਇਰ ਨੇ ਉਹ ਵੀ ਰੀਪਰ ਦੇ ਨਾਲ ਦੇ ਟਾਇਰ ਹੈ 95 ਪੈਸੇ ਪਲੱਸ ਰੀਪਰ ਦੇ ਟਾਇਰ ਪਏ ਆ ਬਾਕੀ ਰੀਪਰ ਲੈਣ ਸਮੇ ਤੁਸੀਂ ਵਧੀਆ ਚੈੱਕ ਕਰਕੇ ਤਸੱਲੀ ਕਰਕੇ ਖਰੀਦ ਸਕਦੇ ਆ ਮਾਲਕ ਵੀਰਾਂ ਨੇ ਰੀਪਰ ਦੀ ਜੋ ਡਿਮਾਂਡ ਰੱਖੀ ਹੈ ਉਹ ਰੱਖੀ ਹੈ 220000 ਰੁਪਏ ਬਾਕੀ ਮੌਕੇ ਤੇ ਲੈਸ ਵੀ ਹੋ ਜਾਊਗਾ ਤੇ ਨੰਬਰ ਮਾਲਕ ਵੀਰਾਂ ਦਾ ਸਕਰੀਨ ਤੇ ਸ਼ੋ ਹੋ ਰਿਹਾ ਹੈ ਇਹ ਨੰਬਰ ਵੀਰਾਂ ਦਾ ਕੰਟੈਕਟ ਨੰਬਰ ਤੇ ਵਟਸਐਪ ਨੰਬਰ ਹੈ ਤੁਸੀਂ ਮਾਲਕ ਵੀਰਾਂ ਨਾਲ ਫੋਨ ਤੇ ਵੀ ਗੱਲਬਾਤ ਕਰ ਸਕਦੇ ਹੋ ਜਾਂ WhatsApp ਤੇ ਮੈਸੇਜ ਕਰਕੇ ਇਹ ਰੀ ਭਰੋਨਾ ਤੋਂ ਖਰੀਦ ਸਕਦੇ ਆਂ ਥੈਂਕ ਯੂ ਹੁਣ ਗੱਲ ਕਰਦੇ ਆਂ ਜੀ ਰਾਇਲਨ ਫਿਲਡ ਸਟੈਂਡਰਡ ਪੁੱਠੇਗਿਰ ਵਾਲੇ ਬੁਲਟ ਦੀ 2010 ਮਾਡਲ ਮੋਟਰਸਾਈਕਲ ਹੈ ਤੇ ਮੋਟਰਸਾਈਕਲ ਦਾ ਜੋ ਏਰੀਆ ਹੈ ਹੁਸ਼ਿਆਰਪੁਰ ਏਰੀਆ ਹੈ ਲੋਕੇਸ਼ਨ ਗੜਸ਼ੰਕਰ ਜਿੱਥੇ ਮੋਟਰਸਾਈਕਲ ਖੜਾ ਹੈ ਬਾਕੀ ਕੰਡੀਸ਼ਨ ਮੋਟਰਸਾਈਕਲ ਦੀ ਤੁਸੀਂ ਦੇਖ ਸਕਦੇ ਆਂ ਸਾਰਾ ਆਲ オリジナル ਮੋਟਰਸਾਈਕਲ ਹੈ ਨਾਲ ਦਾ origignal paint ਹੈ ਕਿਤੋਂ ਵੀ ਰੰਗ ਪਿੰਟ ਲਿਆ ਨਹੀਂ ਹੋਇਆ ਕਿਤੋਂ ਰੰਗ ਪਿੰਟ ਖਰਾਬ ਨਹੀਂ ਹੋਇਆ ਕੋਈ ਡੈਮੇਜ ਨਹੀਂ ਏ ਕਲਾਸ ਕੰਡੀਸ਼ਨ ਦੇ ਵਿੱਚ ਰੰਗ ਪਿੰਟ ਪਿਆ ਸਾਰੇ origignal parts ਲੱਗੇ ਹੋਏ ਨੇ ਕੋਈ ਵੀ part ਮੋਟਰਸਾਈਕਲ ਦਾ ਚੇਂਜ ਨਹੀਂ ਕੀਤਾ ਗਿਆ ਪੰਜਾਬ ਨੰਬਰ ਮੋਟਰਸਾਈਕਲ ਹੈ ਸਿਰਫ 16000 ਕਿਲੋਮੀਟਰ ਚੱਲਿਆ ਹੋਇਆ ਹੈ ਬਿਲਕੁਲ origignal ਚੱਲਿਆ ਹੋਇਆ ਹੈ ਮੀਟਰ ਨਾਲ ਕੋਈ ਵੀ ਛੇੜਛਾੜ ਨਹੀਂ ਮੋਟਰਸਾਈਕਲ ਦੇ ਜੋ ਟਾਇਰ ਨੇ ਉਹ ਵੀ ਮੋਟਰਸਾਈਕਲ ਦੇ ਨਾਲ ਦੇ ਟਾਇਰ ਹੈ 75 80 ਪੈਸੇ ਮੋਟਰਸਾਈਕਲ ਦੇ ਟਾਇਰ ਪਏ ਆ ਸੇਮ ਕੰਡੀਸ਼ਨ ਦੇ ਵਿੱਚ ਦੋਵੇਂ ਟਾਇਰ ਲੱਗੇ ਹੋਏ ਨੇ ਤੇ ਦੋਵੇਂ ਟਾਇਰਾਂ ਤੇ ਅਲਵਾਈ ホイール ਚੜੇ ਹੋਏ ਆ 3 ਸਪੋਕਸ ਅਲਵਾਈ ਵੀਲ ਲੱਗੇ ਹੋਏ ਨੇ ਇੰਜਨ ਗੇਅਰ ਦਾ ਮੋਟਰਸਾਈਕਲ ਬਿਲਕੁਲ ਸੀਲਡ ਹੈ ਕਿਤੇ ਵੀ ਚਾਬੀ ਤੱਕ ਨਹੀਂ ਲੱਗੀ ਹੋਈ ਏ ਕਲਾਸ ਕੰਡੀਸ਼ਨ ਦੇ ਵਿੱਚ ਮੋਟਰਸਾਈਕਲ ਚੱਲਦਾ ਹੈ ਮੋਟਰਸਾਈਕਲ ਲੈਣ ਸਮੇਂ ਤੁਸੀਂ ਮੋਟਰਸਾਈਕਲ ਨੂੰ ਚਲਾ ਕੇ ਚੈੱਕ ਕਰਕੇ ਟੈਸਟ ਡਰਾਈਵ ਕਰਕੇ ਖਰੀਦ ਸਕਦੇ ਆ ਮਾਲਕ ਵੀਰਾਂ ਨੇ ਇਸ ਦੀ ਜੋ ਡਿਮਾਂਡ ਰੱਖੀ ਹੈ ਉਹ ਰੱਖੀ ਹੈ 1,50,000 ਰੁਪਏ ਬਾਕੀ ਮੌਕੇ ਤੇ ਲੈਸ ਵੀ ਹੋ ਜਾਊਗਾ ਤੇ ਨੰਬਰ ਮਾਲਕ ਵੀਰਾਂ ਦਾ ਸਕਰੀਨ ਤੇ ਸ਼ੋ ਹੋ ਰਿਹਾ ਹੈ। ਇਹ ਨੰਬਰ ਵੀਰਾਂ ਦਾ WhatsApp ਨੰਬਰ ਹੈ। ਅਦਰ ਕੰਟਰੀ ਦਾ ਨੰਬਰ ਹੈ। ਤੁਸੀਂ ਮਾਲਕ ਵੀਰਾਂ ਨਾਲ WhatsApp ਤੇ ਗੱਲਬਾਤ ਕਰਕੇ ਉਹਨਾਂ ਤੋਂ ਇਹ ਮੋਟਰਸਾਈਕਲ ਖਰੀਦ ਸਕਦੇ ਹੋ। ਥੈਂਕ ਯੂ। ਹੁਣ ਗੱਲ ਕਰਦੇ ਹਾਂ ਜੀ ਐਸ਼ਰ 241 ਟਰੈਕਟਰ ਦੀ। 2010 ਮਾਡਲ ਟਰੈਕਟਰ ਹੈ ਤੇ ਟਰੈਕਟਰ ਦਾ ਜੋ ਏਰੀਆ ਹੈ ਉਹ ਸਦੂਲ ਸ਼ਾ ਏਰੀਆ ਹੈ, ਜ਼ਿਲ੍ਹਾ ਗੰਗਾ ਨਗਰ ਜਿੱਥੇ ਟਰੈਕਟਰ ਖੜਾ ਹੈ। ਬਾਕੀ ਕੰਡੀਸ਼ਨ ਟਰੈਕਟਰ ਦੀ ਤੁਸੀਂ ਦੇਖ ਸਕਦੇ ਹੋ। ਆਲ オリジナル ਟਰੈਕਟਰ ਹੈ ਬਾਡੀ ਤੇ ਅਸੀਂ ਲਿੰਕਾਂ ਦਾ ਪੇਂਟ ਸਾਰਾ ਨਾਲ ਦਾ ਹੈ ਕਿਤੇ ਵੀ ਦੁਬਾਰਾ ਪੇਂਟ ਨਹੀਂ ਕੀਤਾ ਗਿਆ ਸਾਫ ਸੁਥਰਾ ਇਕਦਮ ਵਧੀਆ ਸ਼ਾਈਨਿੰਗ ਦੇ ਵਿੱਚ ਰੰਗ ਪੇਂਟ ਪਿਆ ਹੈ ਨਾ ਹੀ ਕਿਤੇ ਕੋਈ ਡੈਮੇਜ ਹੈ ਤੇ ਟਰੈਕਟਰ ਦੇ ਜੋ ਟਾਇਰ ਨੇ 45 ਪੈਸੇ ਟਰੈਕਟਰ ਦੇ ਟਾਇਰ ਲੱਗੇ ਹੋਏ ਆ ਸੇਮ ਕੰਡੀਸ਼ਨ ਦੇ ਵਿੱਚ ਚਾਰੇ ਟਾਇਰ ਪਏ ਆ ਬਾਕੀ ਟਾਇਰਾਂ ਦੀਆਂ ਫੋਟੋਆਂ ਸਕਰੀਨ ਤੇ ਸ਼ੋ ਵੀ ਹੋ ਰਹੀਆਂ ਨੇ ਤੁਸੀਂ ਦੇਖ ਸਕਦੇ ਹੋ ਟਰੈਕਟਰ ਸਿੰਗਲ ਕਲਚ ਸਿੰਪਲ ਸਟੀering ਤੇ ਸੈਂਟਰ ਗੇਅਰ ਦੇ ਨਾਲ ਹੈ ਬਾਕੀ ਇੰਜਨ ਗੇਅਰ ਦਾ ਟਰੈਕਟਰ ਬਿਲਕੁਲ ਓਕੇ ਹੈ ਮਾਲਕ ਵੀਰਾਂ ਵੱਲੋਂ ਟਰੈਕਟਰ ਦੀ ਪੂਰੀ ਫੁੱਲ ਗਾਰੰਟੀ ਹੈ ਕੋਈ ਪ੍ਰੋਬਲਮ ਨਹੀਂ ਕੋਈ ਕਮੀ ਪੇਸ਼ੀ ਨਹੀਂ ਕਿਤੋਂ ਕੋਈ ਲੀਕੰਗ ਨਹੀਂ ਏ ਕਲਾਸ ਕੰਡੀਸ਼ਨ ਦੇ ਵਿੱਚ ਟਰੈਕਟਰ ਚੱਲਦਾ ਹੈ ਟਰੈਕਟਰ ਲੈਂਡਸਮੇ ਤੁਸੀਂ ਬਾਹ ਕੇ ਚਲਾ ਕੇ ਚੈੱਕ ਕਰਕੇ ਟਰੈਕਟਰ ਨੂੰ ਖਰੀਦ ਸਕਦੇ ਆਂ ਰਾਜਸਥਾਨ ਨੰਬਰ ਟਰੈਕਟਰ ਹੈ ਟਰੈਕਟਰ ਦਾ ਆਰ ਜੀ 13 ਨੰਬਰ ਹੈ ਟਰੈਕਟਰ ਦੀ ਜੋ ਡਿਮਾਂਡ ਰੱਖੀ ਗਈ ਹੈ ਉਹ ਰੱਖੀ ਹੈ 1,70,000 ਰੁਪਏ ਬਾਕੀ ਮੌਕੇ ਤੇ ਲੈਸ ਵੀ ਹੋ ਜਾਊਗਾ ਤੇ ਨੰਬਰ ਮਾਲਕ ਵੀਰਾਂ ਦਾ ਸਕਰੀਨ ਤੇ ਸ਼ੋਹਰਿਆ ਹੈ ਏ ਨੰਬਰ ਵੀਰਾਂ ਦਾ ਕੰਟੈਕਟ ਨੰਬਰ ਤੇ WhatsApp ਨੰਬਰ ਹੈ ਤੁਸੀਂ ਮਾਲਕ ਵੀਰਾਂ ਨਾਲ ਫੋਨ ਤੇ ਵੀ ਗੱਲਬਾਤ ਕਰ ਸਕਦੇ ਹੋ ਜਾਂ WhatsApp ਤੇ ਮੈਸੇਜ ਕਰਕੇ ਇਹ ਟਰੈਕਟਰ ਉਹਨਾਂ ਤੋਂ ਖਰੀਦ ਸਕਦੇ ਹੋ ਸਾਰੇ ਵੀਰਾਂ ਨੂੰ ਇੱਕ ਹੋਰ ਰਿਕਵੈਸਟ ਹੈ ਕੋਈ ਵੀ ਮਸ਼ੀਨਰੀ ਖਰੀਦਣ ਸਮੇ ਉਸ ਮਸ਼ੀਨਰੀ ਦੇ ਕਾਗਜ਼ੀ ਪੱਤਰ ਜ਼ਰੂਰ ਚੈੱਕ ਕਰੋ ਤਾਂ ਕਿ ਕਿਸੇ ਮੇਰੇ ਵੀਰ ਨੂੰ ਕੋਈ ਦਿੱਕਤ ਨਾ ਸਕੇ ਥੈਂਕ ਯੂ ਹੁਣ ਗੱਲ ਕਰਦੇ ਆ ਜੀ ਤਵੀਆਂ ਦੀ 14 ਤਵੀਆਂ ਦਿਖਾ ਰਹੇ ਆ ਆਪਾਂ ਤੁਹਾਨੂੰ ਤਵੀਆਂ ਦਾ ਜੋ ਏਰੀਆ ਹੈ ਉਹ ਤਲਵੰਡੀ ਸਾਬੋ ਏਰੀਆ ਪਿੰਡ ਬੰਗੀ ਨਿਹਾਲ ਸਿੰਘ ਜ਼ਿਲ੍ਹਾ ਬਠਿੰਡਾ ਜਿੱਥੇ ਤਵੀਆਂ ਖੜੀਆਂ ਐ ਬਾਕੀ ਕੰਡੀਸ਼ਨ ਤਵੀਆਂ ਦੀ ਤੁਸੀਂ ਦੇਖ ਸਕਦੇ ਆ ਏ ਕਲਾਸ ਕੰਡੀਸ਼ਨ ਦੇ ਵਿੱਚ ਤਵੀਆਂ ਖੜੀਆਂ ਐ ਨਾ ਹੀ ਕਿਤੇ ਜੰਗ ਲੱਗੀ ਐ ਨਾ ਹੀ ਕੋਈ ਡੈਮੇਜ ਐ ਕੋਈ ਵੀ ਕਮੀ ਪੇਸ਼ੀ ਨਹੀਂ ਬਿਲਕੁਲ ਨਵੇਂ ਤਵੇ ਪਵਾਏ ਹੋਏ ਐ ਤਵਿਆਂ ਦੀਆਂ ਫੋਟੋਆਂ ਵੀ ਤੁਸੀਂ ਦੇਖ ਸਕਦੇ ਆ ਏ ਕਲਾਸ ਕੰਡੀਸ਼ਨ ਦੇ ਵਿੱਚ ਤਵੀਆਂ ਚੱਲਦੀਆਂ ਐ ਮਾਲਕ ਵੀਰਾਂ ਵੱਲੋਂ ਪੂਰੀ ਫੁੱਲ ਗਾਰੰਟੀ ਐ ਹੈਵੀ ਲੋਹੇ ਦੀਆਂ ਬਣੀਆਂ ਹੋਈਆਂ ਕੋਈ ਵੀ ਕਮੀ ਪੇਸ਼ੀ ਨਹੀਂ ਟੋਟਲੀ ਸਾਰਾ ਸ਼ੁੱਧ ਲੋਹਾ ਹੈ ਤਵੀਆਂ ਲੈਣ ਸਮੇ ਤੁਸੀਂ ਵਧੀਆ ਚੈੱਕ ਕਰਕੇ ਖਰੀਦ ਸਕਦੇ ਆ ਮਾਲਕ ਵੀਰਾਂ ਨੇ ਤਵੀਆਂ ਦੀ ਜੋ ਡਿਮਾਂਡ ਰੱਖੀ ਹੈ ਉਹ ਰੱਖੀ ਹੈ 29000 ਰੁਪਏ ਬਾਕੀ ਮੌਕੇ ਦੇ ਲੈਸ ਵੀ ਹੋ ਜੂਗਾ ਤੇ ਨੰਬਰ ਮਾਲਕ ਵੀਰਾਂ ਦਾ ਸਕਰੀਨ ਤੇ ਸ਼ੋ ਹੋ ਰਿਹਾ ਹੈ ਇਹ ਨੰਬਰ ਵੀਰਾਂ ਦਾ ਕੰਟੈਕਟ ਨੰਬਰ ਤੇ ਵਟਸਐਪ ਨੰਬਰ ਹੈ ਤੁਸੀਂ ਮਾਲਕ ਵੀਰਾਂ ਨਾਲ ਫੋਨ ਤੇ ਵੀ ਗੱਲਬਾਤ ਕਰ ਸਕਦੇ ਹੋ ਜਾਂ ਵਟਸਐਪ ਤੇ ਮੈਸੇਜ ਕਰਕੇ ਇਹ ਤਵੀਆਂ ਉਹਨਾਂ ਤੋਂ ਖਰੀਦ ਸਕਦੇ ਹੋ ਹੁਣ ਗੱਲ ਕਰਦੇ ਆਂ ਜੀ ਸਵਰਾਜ 855 ਐਫੀ ਟਰੈਕਟਰ ਦੀ 2013 ਮਾਡਲ 4 ਸਟਾਰ ਟਰੈਕਟਰ ਹੈ ਤੇ ਟਰੈਕਟਰ ਦਾ ਜੋ ਏਰੀਆ ਹੈ ਉਹ ਬਾਗਾਪੁਰਾਣਾ ਏਰੀਆ ਹੈ ਜ਼ਿਲ੍ਹਾ ਮੋਗਾ ਜਿੱਥੇ ਟਰੈਕਟਰ ਖੜਾ ਹੈ ਬਾਕੀ ਕੰਡੀਸ਼ਨ ਟਰੈਕਟਰ ਦੀ ਤੁਸੀਂ ਦੇਖ ਸਕਦੇ ਆਂ ਆਲ オリジナル ਟਰੈਕਟਰ ਹੈ ਬਾਡੀ ਚ ਅਸੀਂ ਲਿੰਕਾਂ ਦਾ ਪੇਂਟ ਸਾਰਾ ਨਾਲ ਦਾ ਹੈ ਕਿਤੇ ਵੀ ਦੁਬਾਰਾ ਪੇਂਟ ਨਹੀਂ ਕੀਤਾ ਗਿਆ ਸਾਫ਼ ਸੁਥਰਾ ਇੱਕਦਮ ਵਧੀਆ ਸ਼ਾਈਨਿੰਗ ਦੇ ਵਿੱਚ ਰੰਗ ਪੇਂਟ ਪਿਆ ਹੈ ਨਾ ਹੀ ਕਿਤੇ ਕੋਈ ਡੈਮੇਜ ਹੈ ਟਰੈਕਟਰ ਦੇ ਜੋ ਟਾਇਰ ਨੇ ਬਿਲਕੁਲ ਨਵੇਂ ਟਾਇਰ ਲਗੇ ਹੋਏ ਆ ਸੇਮ ਕੰਡੀਸ਼ਨ ਦੇ ਵਿੱਚ ਚਾਰੇ ਟਾਇਰ ਪਏ ਆ ਬਾਕੀ ਟਰਾਂ ਦੀਆਂ ਫੋਟੋਆਂ ਸਕਰੀਨ ਤੇ ਸ਼ੋ ਵੀ ਹੋ ਰੀਆਂ ਨੇ ਤੁਸੀਂ ਦੇਖ ਸਕਦੇ ਹੋ 2035 ਘੰਟੇ ਟਰੈਕਟਰ ਚੱਲਿਆ ਹੋਇਆ ਹੈ ਬਿਲਕੁਲ オリジナル ਚੱਲਿਆ ਹੋਇਆ ਟਰੈਕਟਰ ਹੈ ਮੀਟਰ ਨਾਲ ਕੋਈ ਵੀ ਸ਼ੇਡ ਛਾੜਨੀ ਬਾਕੀ ਪੰਜਾਬ ਨੰਬਰ ਟਰੈਕਟਰ ਹੈ ਟਰੈਕਟਰ ਡਬਲ ਕਲਚ ਪਾਵਰ ਬ੍ਰੇਕ ਪਾਵਰ ਸਟੀering ਸੈਂਟਰ ਗੇਅਰ ਤੇ ਰਿਵਰਸ ਵੀਡੀਓ ਦੇ ਨਾਲ ਹੈ ਡਬਲ ਡਿਸਟ੍ਰਿਬਿਊਟਰ ਲੱਗਿਆ ਹੋਇਆ ਹੈ ਇੰਜਨ ਗੇਅਰ ਦਾ ਟਰੈਕਟਰ ਬਿਲਕੁਲ ਓਕੇ ਹੈ ਮਾਲਕ ਵੀਰਾਂ ਵੱਲੋਂ ਟਰੈਕਟਰ ਦੀ ਪੂਰੀ ਫੁੱਲ ਗਾਰੰਟੀ ਹੈ ਕੋਈ ਪ੍ਰੋਬਲਮ ਨਹੀਂ ਕੋਈ ਕਮੀ ਪੇਸ਼ੀ ਨਹੀਂ ਕਿਤੋਂ ਕੋਈ ਲੀਕਿੰਗ ਨਹੀਂ ਏ ਕਲਾਸ ਕੰਡੀਸ਼ਨ ਦੇ ਵਿੱਚ ਟਰੈਕਟਰ ਚੱਲਦਾ ਹੈ ਟਰੈਕਟਰ ਲੈਣ ਸਮੇਂ ਤੁਸੀਂ ਬਾਹ ਕੇ ਚਲਾ ਕੇ ਚੈੱਕ ਕਰਕੇ ਟਰੈਕਟਰ ਨੂੰ ਖਰੀਦ ਸਕਦੇ ਆ ਮਾਲਕ ਵੀਰਾਂ ਨੇ ਟਰੈਕਟਰ ਦੀ ਜੋ ਡਿਮਾਂਡ ਰੱਖੀ ਹੈ ਉਹ ਰੱਖੀ ਹੈ 4,65,000 ਰੁਪਏ ਬਾਕੀ ਮੌਕੇ ਤੇ ਲੈਸ ਵੀ ਹੋ ਜਾਊਗਾ ਤੇ ਨੰਬਰ ਮਾਲਕ ਵੀਰਾਂ ਦਾ ਸਕਰੀਨ ਤੇ ਸ਼ੋਅ ਹੋ ਰਿਹਾ ਹੈ ਇਹ ਨੰਬਰ ਵੀਰਾਂ ਦਾ ਕੰਟੈਕਟ ਨੰਬਰ ਤੇ ਵਟਸਐਪ ਨੰਬਰ ਹੈ ਤੁਸੀਂ ਮਾਲਕ ਵੀਰਾਂ ਨਾਲ ਫੋਨ ਤੇ ਵੀ ਗੱਲਬਾਤ ਕਰ ਸਕਦੇ ਆਂ ਜਾਂ WhatsApp ਤੇ ਮੈਸੇਜ ਕਰਕੇ ਇਹ ਟਰੈਕਟਰ ਉਹਨਾਂ ਤੋਂ ਖਰੀਦ ਸਕਦੇ ਆਂ ਥੈਂਕ ਯੂ ਸਾਰੇ ਵੀਰਾਂ ਨੂੰ ਇੱਕ ਹੋਰ ਰਿਕਵੈਸਟ ਹੈ ਵੀਡੀਓ ਨੂੰ ਲਾਈਕ ਸ਼ੇਅਰ ਤੇ ਕਮੈਂਟ ਕਰਕੇ ਜਰੂਰ ਦੱਸਿਆ ਕਰੋ ਕਿ ਤੁਹਾਨੂੰ ਵੀਡੀਓ ਕਿੱਦਾਂ ਦੀ ਲੱਗੀ ਤੇ ਇੱਕ ਜੇ ਵੀਡੀਓ ਦੇ ਵਿੱਚ ਤੁਹਾਨੂੰ ਕੋਈ ਕਮੀ ਪੇਸ਼ੀ ਲੱਗਦੀ ਹੈ ਸਾਨੂੰ ਕਮੈਂਟ ਕਰਕੇ ਉਹ ਜਰੂਰ ਦੱਸਦਿਆ ਕਰੋ ਤਾਂ ਕਿ ਆਪਾਂ ਅਗਲੀ ਵੀਡੀਓ ਦੇ ਵਿੱਚ ਸੁਧਾਰ ਕਰ ਸਕੀਏ ਤੇ ਤੁਹਾਡੇ ਲਈ ਇੱਕ ਵਧੀਆ ਵੀਡੀਓ ਲੈ ਕੇ ਆ ਸਕੀਏ ਤੇ ਇੱਕ ਜਿੰਨੇ ਵੀ ਵੀਰ ਐਡ ਕਰਵਾਉਣ ਲਈ ਕਿਸੇ ਵੀ ਮਸ਼ੀਨਰੀ ਦੀਆਂ ਫੋਟੋਆਂ ਸੈਂਡ ਕਰਦੇ ਆਂ ਉਹ ਉਸ ਮਸ਼ੀਨਰੀ ਦਾ ਰੇਟ ਏਰੀਆ ਮਾਡਲ ਤੇ ਟਾਇਰ ਕਿੰਨੇ ਪੈਸੇ ਹੁੰਦੇ ਆ ਇਹ ਸਾਰੀ ਜਾਣਕਾਰੀ ਜਰੂਰ ਦੱਸਦਿਆ ਕਰਨ ਜਦੋਂ ਸਾਡੇ ਕੋਲ ਸਾਰੀ ਜਾਣਕਾਰੀ ਨਹੀਂ ਹੁੰਦੀ ਤਾਂ ਐਡ ਲਾਉਣ ਦੇ ਵਿੱਚ ਬਹੁਤ ਹੀ ਜ਼ਿਆਦਾ ਦਿੱਕਤ ਆਉਂਦੀ ਹੈ ਜਿਸ ਕਰਕੇ ਤੁਹਾਡੀ ਐਡ ਲੇਟ ਵੀ ਹੋ ਜਾਂਦੀ ਹੈ ਇਸ ਕਰਕੇ ਆਪਾਂ ਨੂੰ ਸਾਰੀ ਜਾਣਕਾਰੀ ਸੈਂਡ ਕਰਿਆ ਕਰੋ ਤਾਂ ਕਿ ਆਪਾਂ ਤੁਹਾਡੀ ਐਡ ਜਲ ਤੋਂ ਜਲਦ ਲਾ ਸਕੀਏ ਤੇ ਤੁਹਾਡੀ ਮਸ਼ੀਨਰੀ ਜਲ ਤੋਂ ਜਲਦ ਸੇਲ ਹੋ ਸਕੇ ਤੇ ਇੱਕ ਜਿੰਨਾ ਵੀਰਾਂ ਨੇ ਆਪਣਾ ਚੈਨਲ ਜਟਾਂ ਦੇ ਟਰੈਕਟਰ ਸਬਸਕ੍ਰਾਈਬ ਨਹੀਂ ਕੀਤਾ ਉਹ ਸਾਰੇ ਵੀਰ ਚੈਨਲ ਨੂੰ ਸਬਸਕ੍ਰਾਈਬ ਕਰ ਲੈਣ ਆਪਾਂ ਡੇਲੀ ਸ਼ੇ ਮਸ਼ੀਨਰੀਆਂ ਦੀ ਇੱਕ ਵੀਡੀਓ ਲੈ ਕੇ ਆਉਨੇ ਆ ਜਿਸ ਨੂੰ ਤੁਸੀਂ ਹਰ ਰੋਜ਼ ਦੇਖ ਸਕੋ ਤੇ ਮਿਸ ਨਾ ਕਰ ਸਕੋ ਤੇ ਤੁਹਾਨੂੰ ਕੋਈ ਵੀ ਮਸ਼ੀਨਰੀ ਖਰੀਦਣ ਜਾਂ ਵੇਚਣ ਵਿੱਚ ਆਸਾਨੀ ਮਿਲ ਸਕੇ ਤੇ ਇਸੇ ਤਰ੍ਹਾਂ ਜੁੜੇ ਰਹੋ ਆਪਣੇ ਚੈਨਲ ਜਟਾਂ ਦੇ ਟਰੈਕਟਰ ਦੇ ਨਾਲ ਥੈਂਕ ਯੂ